ਕੀ ਹੈ ਉਹਦੇ ਮੱਦੇਨਜ਼ਰ, ਜਿਹਦੇ ਵਿੱਚ ਸਾਨੂੰ ਪਤਾ ਹੈਗਾ ਕਿ ਮਾੜੇ ਅੰਸਰ ਹੁੰਦੇ ਨੇ ਉਹ ਕੁਝ ਨਾ ਕੁਝ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ, ਅਤੇ ਉਹਦੇ ਰਿਲੇਟਡ ਸਾਡਾ ਡੋਮੀਨੇਸ਼ਨ ਪਲਾਨ ਜਿਹੜਾ ਹੈਗਾ ਆਲਰੇਡੀ ਐਕਸ਼ਨ ਵਿੱਚ ਹੈਗਾ। ਲਗਾਤਾਰ ਸਾਡੇ ਜਿਹੜੇ ਹੈਗੇ ਨੇ ਸਰਚ ਆਪਰੇਸ਼ਨ, ਕਾਸੋਜ਼ ਵਗੈਰਾ ਚੱਲ ਰਹੇ ਹੈਗੇ ਨੇ। ਪਿੱਛੇ ਆਪਾਂ ਜਿਹੜੇ ਬੰਦੇ ਕੇਸਿਸ ਵਿੱਚ ਇਨਵੋਲਵ ਸੀਗੇ, ਕ੍ਰਿਮੀਨਲ ਕੇਸਿਸ ਵਿੱਚ, ਉਹਨਾਂ ਦੀ ਆਪਾਂ ਚੈਕਿੰਗ ਵੀ ਕੀਤੀ ਸੀਗੀ, ਅਤੇ ਕੁਛ ਇੱਕ ਪਰਚੇ ਵੀ ਆਪਾਂ ਦਿੱਤੇ ਹੈਗੇ ਨੇ, ਕੁਛ ਇੱਕ ਆਪਣੇ ਚੋਰੀ ਦੇ ਵਹੀਕਲ ਦੀ ਵੀ ਰਿਕਵਰੀਆਂ ਹੋਈਆਂ ਨੇ। ਅਤੇ ਅੱਜ ਉਸੇ ਸਿਲਸਿਲੇ 'ਚ ਅਸੀਂ ਸਾਰੇ ਜ਼ਿਲ੍ਹੇ ਵਿੱਚ ਜਿਹੜਾ ਹੈਗਾ 9 ਥਾਵਾਂ 'ਤੇ ਜਿਹੜਾ ਹੈਗਾ ਆਪਣੇ ਬੱਸ ਸਟੈਂਡ ਹੈਗੇ ਨੇ, ਉਹਨਾਂ ਦੀ ਚੈਕਿੰਗ ਕਰਾ ਰਹੇ ਹੈਗੇ ਹਾਂ, ਜਿਹਦੇ 'ਚ ਸਾਡੇ 5 DSP 3 SPs ਜਿਹੜੇ ਹੈਗੇ ਨੇ, ਅਤੇ ਮੈਂ ਇੱਥੇ ਆਪ ਹਾਜ਼ਰ ਹੈਗਾ, ਆਪਾਂ ਚੈਕਿੰਗ ਕਰਾ ਰਹੇ ਹੈਗੇ ਹਾਂ। ਮੇਨ ਮਕਸਦ ਇਹੀ ਹੈ ਕਿ ਜਿਹੜੇ ਮਾੜੇ ਅੰਸਰ ਹੈਗੇ ਉਹਨਾਂ ਦੇ ਨਕੇਲ ਕਸੀ ਜਾ ਸਕੇ, ਔਰ ਆਪਣੇ ਜਿਹੜੇ ਆਮ ਜਨਤਾ ਹੈਗੀ ਉਹਨਾਂ ਨੂੰ ਬਰੀਫ ਵੀ ਕਰ ਸਕੀਏ ਕਿ ਇਹੋ ਜਿਹੇ ਮਾਹੌਲ ਵਿੱਚ ਜਦੋਂ ਆਪਣੇ ਲੋਕਤੰਤਰ ਦੇ ਇਹੋ ਜਿਹੇ ਪਰਬ ਹੁੰਦੇ ਹੈਗੇ ਨੇ, 15 ਅਗਸਤ 26 ਜਨਵਰੀ, ਜਿਹਦੇ ਵਿੱਚ ਮਾੜੇ ਅੰਸਰ ਕੋਈ ਨਾ ਕੋਈ ਗਲਤ ਗਤੀਵਿਧੀ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਨੇ, ਅਤੇ ਸਾਰਿਆਂ ਨੂੰ ਸਜਗ ਰਹਿਣ ਦੀ ਲੋੜ ਹੈਗੀ ਹੈ। ਅਤੇ ਜਿਹੜੀ ਹਦਾਇਤਾਂ ਹੈਗੀਆਂ ਨੇ ਉਹ ਵੀ ਪੁਰਾਣੀਆਂ ਹੈਗੀਆਂ ਨੇ, ਕੋਈ ਵੀ ਸ਼ੱਕੀ ਚੀਜ਼ ਉਹਨਾਂ ਨੂੰ ਦਿਖਦੀ ਹੈਗੀ ਹੈ ਤਾਂ ਉਹਦੇ ਬਾਰੇ ਸਾਨੂੰ ਜਿਹੜਾ ਹੈਗਾ ਇਨਫੋਰਮੇਸ਼ਨ ਦੇਣ। ਇਸ ਤੋਂ ਇਲਾਵਾ ਉਹਨਾਂ ਦੇ ਆਲੇ ਦੁਆਲੇ ਜਿਹੜਾ ਹੈਗਾ ਅਗਰ ਕੋਈ ਸ਼ੱਕੀ ਗਤੀਵਿਧੀ ਜਾਂ ਕੋਈ ਬੰਦੇ ਦਿਖਾਈ ਦਿੰਦੇ ਹੈਗੇ ਨੇ ਤਾਂ ਸਾਡੇ ਨਾਲ ਸਾਂਝੀ ਕਰਨ ਇਨਫੋਰਮੇਸ਼ਨ, ਅਤੇ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਪੁਲਿਸ ਦਾ ਪੂਰੀ ਤਰੀਕੇ ਦੇ ਨਾਲ ਸਹਿਯੋਗ ਦਿਓ, ਔਰ ਜਿਹੜੀ ਚੈਕਿੰਗ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਸਾਡਾ ਸਹਿਯੋਗ ਕਰੋ। ਨਾਕੇ 'ਤੇ ਵੀ ਕਈ ਵਾਰੀ ਤੁਹਾਨੂੰ ਰੋਕਿਆ ਜਾ ਸਕਦਾ ਹੈਗਾ, ਚੈਕਿੰਗ ਕੀਤੀ ਜਾ ਸਕਦੀ ਹੈਗੀ, ਅਤੇ ਤੁਹਾਡੀ ਆਪ ਦੀ ਸਿਕਿਉਰਿਟੀ ਵਾਸਤੇ ਹੈਗੀ ਹੈ, ਤੁਹਾਡੀ ਆਪ ਦੀ ਸਹੂਲੀਅਤ ਵਾਸਤੇ ਹੈਗੀ ਹੈ। ਮਾੜਾ ਮੋਟਾ ਸਾਨੂੰ ਪਰੇਸ਼ਾਨੀ ਜ਼ਰੂਰ ਹੋ ਸਕਦੀ ਹੈ ਉਸ ਚੀਜ਼ ਦੇ ਨਾਲ, ਬਟ ਜਦੋਂ ਤੁਸੀਂ ਪੁਲਿਸ ਦਾ ਸਹਿਯੋਗ ਕਰੋਗੇ ਤਾਂ ਅਸੀਂ ਵੀ ਜਿਹੜਾ ਹੈਗਾ ਤਕੜੇ ਹੋ ਕਰਕੇ ਡਿਊਟੀ ਕਰਾਂਗੇ, ਅਤੇ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਵੀ ਇਨਸ਼ੋਰ ਕਰ ਸਕਦਾ। ਦੇਖੋ ਜੀ, ਮੈਂ ਇਹੀ ਕਹਿ ਰਿਹਾ ਹੈਗਾ ਕਿ ਜਿਹੜਾ 15 ਅਗਸਤ ਨਜ਼ਦੀਕ ਆ ਰਹੀ ਹੈਗੀ ਹੈ, ਔਰ ਇਹ ਆਪਣੇ ਦੇਸ਼ ਦਾ ਬੜਾ ਵੱਡਾ ਪਰਬ ਹੈਗਾ, ਅਤੇ ਇਸ ਚੀਜ਼ ਨੂੰ ਆਪਾਂ ਸਾਰੇ ਚੰਗੀ ਤਰੀਕੇ ਦੇ ਨਾਲ ਭਾਈਚਾਰੇ ਦੇ ਨਾਲ ਮਨਾਈਏ, ਅਤੇ ਜਿਹੜੇ ਮਾੜੇ ਬੰਦੇ ਹੈਗੇ ਨੇ ਉਹਨਾਂ 'ਤੇ ਨਿਗਾਹ ਵੀ ਰੱਖੀਏ। ਤੁਸੀਂ ਸਾਡੇ ਅੱਖ 'ਤੇ ਕੰਨ ਹੈਗੇ ਹੋ, ਕੋਈ ਤੁਹਾਨੂੰ ਕੋਈ ਸੰਦਿਗਧ ਚੀਜ਼ ਜਾਂ ਕੋਈ ਸੰਦਿਗਧ ਵਿਅਕਤੀ ਦਿਖਦਾ ਹੈਗਾ ਉਹਦੇ ਬਾਰੇ ਸਾਨੂੰ ਜਿਹੜਾ ਹੈਗਾ ਤੁਸੀਂ ਫੋਨ ਕਰਕੇ ਜਾਂ 112 'ਤੇ ਕਾਲ ਕਰਕੇ ਦੱਸ ਸਕਦੇ ਹੈਗੇ ਹੋ, ਅਤੇ ਜਿੱਥੇ ਵੀ ਤੁਸੀਂ ਕੋਈ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰੋਗੇ ਆਪਾਂ ਜ਼ਰੂਰ ਉਸ 'ਤੇ ਕਾਰਵਾਈ ਕਰਾਂਗੇ। ਸਰ, ਇੱਦਾਂ ਵੀ ਲੱਗਦਾ ਜਿਵੇਂ ਪਠਾਨਕੋਟ ਦੇ ਵਿੱਚ ਹਾਈਲਾਈਟ ਕੀਤਾ ਹੋਇਆ, ਉਸੇ ਤਰੀਕੇ ਦੇ ਤਹਿਤ ਇੱਥੇ ਵੀ ਚੈਕਿੰਗ ਕੀਤੀ ਜਾ ਰਹੀ ਹੈ? ਦੇਖੋ ਜੀ, ਪਠਾਨਕੋਟ ਦੇ ਵਿੱਚ ਜਿਹੜਾ ਅਲਰਟ ਹੈਗਾ ਉਹ ਕਾਫੀ ਸਮੇਂ ਤੋਂ ਚੱਲ ਰਿਹਾ ਹੈਗਾ, ਬਿਕੋਜ਼ ਅਮਰਨਾਥ ਯਾਤਰਾ ਜਿਹੜੀ ਹੈਗੀ ਉੱਥੇ ਚੱਲਦੀ ਪਈ ਹੈਗੀ ਹੈ, ਔਰ ਉਹ ਰੂਟ ਹੈਗਾ ਸਾਡਾ, ਔਰ ਹੁਣ 15 ਅਗਸਤ ਕਿਉਂਕਿ ਨੇੜੇ ਆ ਰਹੀ ਹੈਗੀ ਹੈ, ਅਤੇ ਜਿਹੜੇ ਮਾੜੇ ਅੰਸਰ ਹੈਗੇ ਨੇ ਉਹਨਾਂ ਨੂੰ ਨਕੇਲ ਕੱਸ ਕੇ ਰੱਖਣ ਜਿਹੜੀ ਕਸਣ ਦੀ ਲੋੜ ਹੁੰਦੀ ਹੈਗੀ ਹੈ, ਔਰ ਲਗਾਤਾਰ ਜਿਹੜਾ ਹੈਗਾ ਪਬਲਿਕ ਵਿੱਚ ਕੌਨਫੀਡੈਂਸ ਬਣਾਉਣ ਦੀ ਲੋੜ ਹੁੰਦੀ ਹੈ, ਤਾਂ ਉਸੇ ਸਿਲਸਿਲੇ ਜਿਹੜੇ ਸਾਡੇ ਕਾਸੋ ਆਪਰੇਸ਼ਨ, ਸਰਚ ਆਪਰੇਸ਼ਨਸ ਔਰ ਚੈਕਿੰਗ ਵਗੈਰਾ ਚੱਲ ਰਹੀ ਹੈਗੀ ਹੈ, ਔਰ ਇਹ ਅੱਗੇ ਵੀ ਚੱਲਦੀ ਰਹੇਗੀ।